ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਬਿਲਾਵਲ ਗੋਣ ਤੋਂ ਅਗਲਾ ਸਥਾਨ ਬੜਾ ਪਿਆਰਾ ਰਾਗ, ਰਾਗ ਰਾਮਕਲੀ ਦੱਖਣੀ ਦਾ ਹੈ। ਦੋ ਦੋ ਰਾਗਾਂ ਨੂੰ ਮਿਕਸ ਕਰਕੇ ਮਹਾਰਾਜ ਜੀ ਨੇ ਗਾਇਆ। ਤਿੰਨ ਤਿੰਨ ਰਾਗਾਂ ਨੂੰ ਸੰਕੀਰਨ ਰਾਗ ਬਣਾ ਕੇ ਵੀ ਗੁਰੂ ਸਾਹਿਬਾਂ ਨੇ ਗਾਇਨ ਕੀਤਾ ਗੌੜੀ ਪੂਰਬੀ ਦੀਪਕੀ। ਕਿੰਨਾ ਸਾਡਾ ਅਮੀਰ ਵਿਰਸਾ ਹੈ ਜਿਸ ਨੂੰ ਸਾਨੂੰ ਸੰਭਾਲਣ ਦੀ ਲੋੜ ਹੈ। ਸਾਧ ਸੰਗਤ ਜੀ, ਮੈਂ ਆਪ ਸੰਗਤ ਨੂੰ ਬੇਨਤੀ ਕਰਦਾ, ਜਿਹੜੇ ਵੀ ਬੱਚੇ ਬੱਚੀਆਂ ਕੀਰਤਨ ਨਾਲ ਜੁੜੇ ਨੇ ਜਾਂ ਪਰਿਵਾਰ ਵਿੱਚ ਕੀਰਤਨ ਹੈ, ਉਹ ਤਾਂ ਵੱਡੇ ਭਾਗਾਂ ਵਾਲੇ ਨੇ, ਕਿਉਂਕਿ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਵਡਭਾਗੀ ਹਰ ਕੀਰਤਨ ਗਾਈਏ। ਇਹ ਦਾਤ ਉਹ ਹੈ ਪਾਰ ਬ੍ਰਹਮ ਤੋਂ ਦੇਹ ਤਾਂ ਪਾਈ ਹੈ। ਇਹ ਬਹੁਤ ਉੱਤਮ ਦਾਤ, ਵੱਡੀ ਦਾਤ ਆਪਦੇ ਘਰ ਵਿੱਚ ਆਈ ਹੈ, ਅਤੇ ਜਿਸ ਘਰ ਵਿੱਚ ਅਜੇ ਇਹ ਦਾਤ ਨਹੀਂ ਆਈ ਪਰ ਆਪ ਜੀ ਇੰਨੇ ਪਿਆਰ ਨਾਲ ਰਾਗਾਤਮਕ ਕੀਰਤਨ ਸੁਣਦੇ ਹੋ, ਮੈਂ ਬੇਨਤੀ ਕਰੂੰਗਾ ਕਿ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਚੰਗੇ ਗੁਣੀ ਜਨ ਸੰਗੀਤ ਸਿਖਾ ਰਹੇ ਨੇ, ਕੀਰਤਨ ਸਿਖਾ ਰਹੇ ਨੇ, ਆਪ ਜੀ ਉਹਨਾਂ ਉਸਤਾਦਾਂ ਕੋਲ ਜਾ ਕੇ ਜ਼ਰੂਰ ਗੁਰਬਾਣੀ ਕੀਰਤਨ ਜ਼ਰੂਰ ਸਿੱਖੋ। ਸਾਧ ਸੰਗਤ ਜੀ, ਇਹ ਜੋ ਸਾਡੇ ਬੜੇ ਪਿਆਰੇ ਪਿਆਰੇ ਰਾਗ ਨੇ, ਉਹਨਾਂ ਉਸਤਾਦਾਂ ਨੂੰ ਬੇਨਤੀ ਕਰੋ ਕਿ ਅਸੀਂ ਇਹ ਰਾਗ ਸਿੱਖਣੇ ਨੇ। 31 ਮੁੱਖ ਰਾਗ ਨੇ, 31 ਰਾਗ ਪ੍ਰਕਾਰ ਨੇ, 62 ਰਾਗ ਨੇ ਇੱਕ ਜੀਵਨ ਦੇ ਵਿੱਚ। ਅਸੀਂ 62 ਰਾਗਾਂ ਦਾ ਹੀ ਰਿਆਜ਼ ਕਰ ਲਈਏ ਤਾਂ ਵੀ ਵੱਡੀ ਵੱਡੀ ਪ੍ਰਾਪਤੀ ਹੈ, ਕਿਉਂਕਿ ਜਿੰਨੇ ਵੱਡੇ ਵੱਡੇ ਗੁਣੀ ਜਨ ਅਸੀਂ ਉਹਨਾਂ ਦੀਆਂ ਇੰਟਰਵਿਊਜ਼ ਵਗੈਰਾ ਸੁਣਦੇ ਹਾਂ, ਇਹ ਦੇਖਿਆ ਕਿ ਬੜੇ ਥੋੜ੍ਹੇ ਰਾਗਾਂ ਦਾ ਉਹ ਰਿਆਜ਼ ਕਰਕੇ ਸਾਧਨਾ ਕਰਦੇ ਨੇ, ਪਰ ਉਹਨਾਂ ਦਾ ਗਲਾ ਇੰਨਾ ਤਰਾਸ਼ਿਆ ਜਾਂਦਾ ਹੈ, ਸਾਧਨਾ ਇੰਨੀ ਪ੍ਰਬਲ ਹੋ ਜਾਂਦੀ ਹੈ, ਉਹ ਕਿਸੇ ਵੀ ਰਾਗ ਦਾ ਸਵਰੂਪ ਲੈ ਕੇ ਉਹਨੂੰ ਇੰਨੀ ਸ਼ੁੱਧਤਾ ਨਾਲ ਗਾ ਸਕਦੇ ਨੇ। ਗੱਲ ਕੇਵਲ ਸਾਧਨਾ ਦੀ ਹੈ, ਕਿਉਂਕਿ ਸਾਧਨਾ ਦੇ ਵਿੱਚ ਹੀ ਆਨੰਦ ਹੈ, ਸਾਧਨਾ ਦੇ ਵਿੱਚ ਹੀ ਪਿਆਰ ਹੈ। ਸਾਧਕ ਮਨ ਹੀ ਆਪਣੀ ਮੰਜ਼ਿਲ ਵੱਲ ਜਲਦੀ ਪੁੱਜਣ ਦੇ ਸਮਰੱਥ ਹੁੰਦਾ ਹੈ, ਚਾਹੇ ਕਿਸੇ ਵੀ ਫੀਲਡ ਵਿੱਚ ਲੈ ਲਓ, ਸਾਧਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਗੁਰਮਤਿ ਸੰਗੀਤ ਰਿਆਜ਼ ਸਭ ਤੋਂ ਕੰਪਲਸਰੀ ਹੈ ਇਹਦੇ ਵਿੱਚ। ਸੋ ਸਾਧ ਸੰਗਤ ਜੀਓ, ਅੱਜ ਦਾ ਬੜਾ ਹੀ ਪਿਆਰਾ ਰਾਗ, ਰਾਗ ਰਾਮਕਲੀ ਦੱਖਣੀ। ਇਸ ਰਾਗ ਦੇ ਵਿੱਚ ਰਿਸ਼ਭ ਕੋਮਲ, ਮੱਧਿਅਮ ਤੀਵਰ, ਧੈਵਤ ਕੋਮਲ ਅਤੇ ਬਾਕੀ ਸਾਰੇ ਸਵਰ ਸ਼ੁੱਧ ਲੱਗਦੇ ਨੇ। ਇਸ ਰਾਗ ਦੇ ਆਰੋਹ ਦੇ ਵਿੱਚ ਮੱਧਿਅਮ ਨੂੰ ਵਰਜਿਤ ਕੀਤਾ ਜਾਂਦਾ, ਇਸ ਕਰਕੇ ਥੋੜ੍ਹਾ ਵਿਕਟ ਹੋ ਜਾਂਦਾ ਪੂਰਬੀ ਥਾਟਾਂ ਦੇ ਰਾਗ ਦੇ ਵਿੱਚ, ਕਿਉਂਕਿ ਪੂਰਬੀ ਥਾਟ ਦੇ ਰਾਗਾਂ ਨਾਲ ਬਹੁਤ ਮਿਲਦਾ, ਪੁਰੀਆ, ਤਨਾਸਰੀ, ਟੰਕੀ, ਤ੍ਰਿਵੇਣੀ, ਬਸੰਤ, ਪੂਰਬੀ, ਜੈਤਸਰੀ, ਸ੍ਰੀ, ਇਹਨਾਂ ਕਈ ਰਾਗਾਂ ਦੇ ਬਹੁਤ ਨੇੜੇ ਹੈ, ਪਰ ਵੱਖਰੇ ਵੱਖਰੇ ਕਾਰਨ ਕਰਕੇ, ਚਲਤ ਕਰਕੇ ਇੱਕ ਇੱਕ ਰਾਗ ਦੂਜੇ ਰਾਗ ਤੋਂ ਵੱਖ ਹੁੰਦਾ ਜਾਂਦਾ, ਇਸ ਕਰਕੇ ਸਿੱਖਣਾ ਜ਼ਰੂਰੀ ਹੈ। ਇਸ ਰਾਗ ਦੇ ਆਰੋਹ ਦੇ ਵਿੱਚ ਮੱਧਿਅਮ ਨੂੰ ਵਰਜਿਤ ਕੀਤਾ ਜਾਂਦਾ। ਇਸ ਰਾਗ ਦਾ ਵਾਧੀ ਸਵਰ ਪੰਚਮ ਨੂੰ ਮੰਨਿਆ ਗਿਆ, ਸੰਵਾਦੀ ਸਵਰ ਰਿਸ਼ਭ ਨੂੰ ਮੰਨਿਆ ਗਿਆ। ਇਸ ਰਾਗ ਦਾ ਗਾਇਨ ਸਮਾਂ ਰਾਗ ਦਾ ਪ੍ਰਥਮ ਪਹਿਰ ਮੰਨਿਆ ਗਿਆ। ਇਸ ਰਾਗ ਦੀ ਜਾਤੀ, ਜਿਵੇਂ ਦਾਸ ਨੇ ਦੱਸਿਆ ਕਿ ਮੱਧਿਅਮ ਨੂੰ ਵਰਜਿਤ ਕੀਤਾ ਜਾਂਦਾ ਆਰੋਹ ਦੇ ਵਿੱਚ, ਫਿਰ ਇਹ ਛਾੜਵ ਸੰਪੂਰਨ ਬਣ ਜਾਂਦੀ ਹੈ। ਇੱਕ ਹੁੰਦਾ ਹੈ ਔੜੋ, ਪੰਜ ਸੁਰਾਂ, ਛਾੜਵ, ਛਾੜਵ ਕਹਿ ਲਈਏ 6 ਸਵਰ, ਅਤੇ ਸੰਪੂਰਨ 7 ਸਵਰ ਲੱਗਦੇ ਨੇ। ਇਸ ਕਰਕੇ ਇਸ ਰਾਗ ਦੀ ਜਾਤੀ ਰਾਗ ਦੇ ਚਲਤ ਅਨੁਸਾਰ ਛਾੜਵ ਸੰਪੂਰਨ ਬਣਦੀ ਹੈ। ਆਓ ਬੜੇ ਹੀ ਪਿਆਰ ਨਾਲ ਬਹੁਤ ਪਿਆਰੇ ਕੀਰਤਨੀਆਂ ਪਾਸੋਂ ਆਪਾਂ ਰਾਗ ਰਾਮਕਲੀ ਦੱਖਣੀ ਦੇ ਵਿੱਚ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Oh,
सखी।